थाना गुरदासपुर के धालीवाल पुलिस नूं उस समय सफलता मिली जदों पुलिस ने नाकाबंदी दौरान एक चोरी के मोटरसाइकिल समेत तीन व्यक्तियों नूं गिरफ्तार कर लिया, जिन्हां पासों पुलिस नूं नजायज असला भी बरामद होया है। इस दे नाल ही पुलिस ने शहर विच एक स्नैचिंग की वारदात नूं सुलझाउंदिआं दो स्नैचरां नूं मौके ते गिरफ्तार कर लिया। ਸਾਡੇ ਮਾਣਯੋਗ SSP ਸਾਹਿਬ ਗੁਰਦਾਸਪੁਰ ਦੇ ਸਖ਼ਤ ਦਿਸ਼ਾ ਨਿਰਦੇਸ਼ਾਂ ਦੇ ਸੰਬੰਧ ਵਿੱਚ ਜਿਹੜਾ ਵਾ SHO ਧਾਰੀਵਾਲ ਅਤੇ ਇਹਨਾਂ ਦੀ ਟੀਮ ਨੂੰ ਉਸ ਵੇਲੇ ਮਿਤੀ 25/7/23 ਦੀ ਰਾਤ ਨੂੰ ਜਿਹੜੀ ਆ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਲਿਆਣਪੁਰ ਮੋੜ ਦੇ ਉੱਤੇ ਜਿਹੜਾ ਵਾ ਮਾੜੇ ਅੰਸਰਾਂ ਦੇ ਸੰਬੰਧ ਦੇ ਵਿੱਚ ਜਿਹੜਾ ਨਾਕਾ ਲਗਾਇਆ ਹੋਇਆ ਸੀ ਅਤੇ ਤਿੰਨ ਜਿਹੜੇ ਲੜਕੇ ਆ ਉਹ ਜਿਹੜੇ ਇੱਕ ਸਪਲੈਂਡਰ ਮੋਟਰਸਾਈਕਲ ਦੇ ਆਏ ਜਿਹਦਾ ਉੱਤੇ ਮੋਟਰਸਾਈਕਲ ਦੇ ਉੱਤੇ ਕੋਈ ਨੰਬਰ ਨਹੀਂ ਸੀ ਲੱਗਾ ਤੇ ਉਹਦੇ ਕੋਲੋਂ ਜਿਹੜਾ ਸਖਤੀ ਨਾਲ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਤੇ ਇਹਨਾਂ ਦੱਸਿਆ ਵੀ ਇਹ ਮੋਟਰਸਾਈਕਲ ਵੀ ਅਸੀਂ ਜਿਹੜਾ ਚੋਰੀ ਕੀਤਾ ਹੈ। ਜਦੋਂ ਇਹਨਾਂ ਦੀ ਤਲਾਸ਼ੀ ਜਿਹੜੀ ਆ ਕੀਤੀ ਗਈ ਆ ਤਾਂ ਇੱਕ ਦੇ ਡੱਬ ਦੇ ਵਿੱਚੋਂ ਜਿਹੜਾ ਵਾ ਉਹ ਪਿਸਟਲ ਬਰਾਮਦ ਹੋਇਆ ਵਾ ਜਿਹਦਾ ਇਹ ਕੋਈ ਲਾਇਸੈਂਸ ਨਹੀਂ ਪੇਸ਼ ਕਰ ਸਕੇ, ਜਿਹੜਾ ਬਿਲਕੁਲ ਨਜਾਇਜ਼ ਸੀਗਾ ਤੇ ਜਿਹਦੇ ਸੰਬੰਧ ਦੇ ਵਿੱਚ ਇਹ ਦੋਸ਼ੀਆਂ ਦੇ ਜਿਹੜੇ ਨਾਂ ਪਤੇ ਪੁੱਛੇ ਆ। ਪਹਿਲੇ ਨੇ ਆਪਣਾ ਨਾਮ ਜਿਹੜਾ ਵਾ ਦੇਵ ਕੁਮਾਰ ਉਰਫ ਦੇਬੂ ਸਨ ਆਫ ਲਕਸ਼ਮੀ ਨਾਰਾਇਣ, ਦੂਸਰੇ ਨੇ ਆਪਣਾ ਨਾਂ ਅਜੇ ਕੁਮਾਰ ਸਨ ਆਫ ਵਿਸ਼ਨੂੰ, ਤੀਜੇ ਨੇ ਸ਼ੰਭੂ ਸਨ ਆਫ ਰਵਿੰਦਰ ਵਾਸੀ ਰਾਜੀਵ ਕਲੋਨੀ ਧਾਰੀਵਾਲ ਦੱਸਿਆ ਵਾ ਤੇ ਇਹਨਾਂ ਦੇ ਕੋਲੋਂ ਜਿਹੜਾ ਵਾ ਇਹ ਇੱਕ ਪਿਸਟਲ ਨਜਾਇਜ਼ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਵਾ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਆ ਤੁਰੰਤ ਜਿਹੜੀ ਆ ਮੁਕਦਮਾ ਨੰਬਰ 78 ਮਿਤੀ 26/7/23 ਅੰਡਰ ਸੈਕਸ਼ਨ 379/411 IPC 25 ਆਰਮਜ਼ ਐਕਟ ਥਾਣਾ ਧਾਰੀਵਾਲ ਵਿਖੇ ਦਰਜ ਕੀਤਾ ਗਿਆ ਵਾ ਤੇ ਇਹਨਾਂ ਦੇ ਕੋਲੋਂ ਜਿਹੜੀ ਆ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹਨਾਂ ਨੇ ਜਿਹੜਾ ਇਹ ਜਿਹੜਾ ਕਿਸ ਮਕਸਦ ਵਾਸਤੇ ਜਿਹੜਾ ਪਿਸਟਲ ਰੱਖਿਆ ਸੀਗਾ ਤੇ ਇਹ ਇਹਨਾਂ ਨੇ ਕਿੱਥੋਂ ਖਰੀਦਿਆ ਸੀਗਾ ਇਹਦੇ ਬਾਰੇ ਜਿਹੜਾ ਵਾ ਇਹਨਾਂ ਦਾ ਅੱਜ ਜਿਹੜਾ ਵਾ ਉਹ ਕਾਇਦੇ ਅਨੁਸਾਰ ਜਿਹੜਾ ਵਾ ਪੁਲਿਸ ਰਿਮਾਂਡ ਜੱਜ ਸਾਹਿਬ ਤੋਂ ਲੈ ਕੇ ਤੇ ਹੋਰ ਡੰਗਿਆਈ ਨਾਲ ਇਹਨਾਂ ਕੋਲ ਪੁੱਛਗਿੱਛ ਕੀਤੀ ਜਾਏਗੀ ਤੇ ਇਸੇ ਮੱਦੇਨਜ਼ਰ ਹੀ ਆਪਣਾ ਜਿਹੜੇ ਮਾੜੇ ਅੰਸਰਾਂ ਦੇ ਸੰਬੰਧ ਦੇ ਵਿੱਚ ਜਿਹੜੀ ਆ SHO ਸਾਹਿਬ ਜਿਹੜੇ ਆਪਣੀ ਪੁਲਿਸ ਪਾਰਟੀ ਦੇ ਨਾਲ ਧਾਰੀਵਾਲ ਸ਼ਹਿਰ ਦੇ ਵਿੱਚ ਗਸ਼ਤ ਕਰ ਰਹੇ ਸੀ ਤੇ ਇੱਕ ਜਿਹੜੇ ਦੋ ਵਿਅਕਤੀ ਸੀਗੇ ਜਿਨ੍ਹਾਂ ਨੇ ਜਿਹੜਾ ਮੋਬਾਈਲ ਸਨੈਚ ਕੀਤਾ ਸੀ ਖੋਇਆ ਸੀਗਾ ਤੇ ਉਸ ਵੇਲੇ ਤੁਰੰਤ ਪੁਲਿਸ ਨੇ ਹਰਕਤ ਵਿੱਚ ਆ ਕੇ ਇਹਨਾਂ ਦੋਵਾਂ ਨੂੰ ਵੀ ਤੁਰੰਤ ਜਿਹੜਾ ਵਾ ਜਿਨ੍ਹਾਂ ਨੇ ਮੋਬਾਈਲ ਸਨੈਚ ਕੀਤਾ ਸੀ ਇਹਨਾਂ ਦਾ ਨਾਂ ਜਿਹੜਾ ਇੱਕ ਦਾ ਨਾਂ ਮਨਿੰਦਰ ਸਿੰਘ ਤੇ ਦੂਜੇ ਦਾ ਨਾਂ ਕੁਲਦੀਪ ਸਿੰਘ ਆ, ਦੋਨੋਂ ਘੁੰਮਣ ਕਲਾਂ ਦੇ ਖੁਰਦ ਪਿੰਡ ਦੇ ਆ। ਇਹਨਾਂ ਦੇ ਕੋਲੋਂ ਜਿਹੜਾ ਖੋਇਆ ਹੋਇਆ ਸਨੈਚ ਕੀਤਾ ਮੋਬਾਈਲ ਵੀ ਉਸੇ ਵੇਲੇ ਰਿਕਵਰ ਕੀਤਾ, ਜਿਹੜਾ ਇਹਦੇ ਸੰਬੰਧ ਦੇ ਵਿੱਚ ਇਹਨਾਂ ਦੋਨਾਂ ਦੇ ਖਿਲਾਫ ਮੁਕਦਮਾ ਨੰਬਰ 77 ਜਿਹੜਾ ਵਾ ਥਾਣਾ ਧਾਰੀਵਾਲ ਵਿਖੇ ਦਰਜ ਕੀਤਾ ਗਿਆ ਵਾ ਤੇ ਇਹ ਜਿਹੜੀ ਧਾਰੀਵਾਲ ਥਾਣੇ ਦੇ SHO ਸਾਹਿਬ ਦੀ ਜਿਹੜੀ ਮਿਹਨਤ ਆ ਉਹ ਰੰਗ ਲਿਆਈ ਆ ਤੇ ਬਹੁਤ ਹੀ ਇਹਨਾਂ ਨੂੰ ਜਿਹੜੀ ਇਹਦੇ ਵਿੱਚ ਸਫਲਤਾ ਮਿਲੀ ਆ ਤੇ ਅੱਗੋਂ ਤੋਂ ਵੀ ਜਿਹੜਾ ਵਾ ਅਸੀਂ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਸਖਤ ਤਾੜਨਾ ਕਰਦੇ ਹਾਂ ਕਿ ਅਗਰ ਕਿਸੇ ਨੇ ਵੀ ਕੋਈ ਖੋਹ ਕੀਤੀ, ਕਿਸੇ ਨੇ ਕੋਈ ਨਸ਼ਾ ਵੇਚਿਆ, ਕੋਈ ਮਾੜਾ ਕਰਮ ਕੀਤਾ ਜਾਂ ਕੋਈ ਨਜਾਇਜ਼ ਵੈਪਰ ਰੱਖਿਆ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਉਹਦੇ ਬਾਰੇ ਵੀ ਤਸਦੀਕ ਕਰ ਰਹੇ ਹਾਂ ਇਹਨਾਂ ਦਾ, ਇੱਥੋਂ ਵੀ ਜਿਹੜਾ ਅਸੀਂ ਰਿਕਾਰਡ ਚੈੱਕ ਕਰਕੇ ਦੇਖ ਰਹੇ ਹਾਂ ਇਹਨਾਂ ਦੇ ਖਿਲਾਫ ਕੋਈ ਪਹਿਲਾਂ ਮੁਕਦਮੇ ਦਰਜ ਆ ਤੇ ਇਸ ਤੋਂ ਇਲਾਵਾ ਹੋਰ ਥਾਣੇ ਪੰਜਾਬ ਦੇ ਵਿੱਚ ਥਾਣਿਆਂ ਦੇ ਵਿੱਚ ਵੀ ਜਿਹੜਾ ਅਸੀਂ ਚੈੱਕ ਕਰ ਰਹੇ ਹਾਂ, ਇਹ ਵੀ ਤੁਹਾਨੂੰ ਅਸੀਂ ਜਲਦੀ ਹੀ ਦੱਸਾਂਗੇ ਇਹਨਾਂ ਦੇ ਖਿਲਾਫ ਕਿੰਨੇ ਪਰਚੇ ਦਰਜ ਆ।